मशहूर बॉलीवुड एक्ट्रेस तब्बू दे बर्थडे ते असी लेके हाजिर हां तब्बू बारे इस स्पेशल स्टोरी जिससे असी तुहानू दसांगे तब्बू दे लाइफस्टाइल बारे उना दी वर्थ एसेट्स बारे आने वाली फिल्मों बारे ते काफी कुछ। स्वागत है तुहाडा साडी एंटरटेनमेंट जूम दे विच। 90 दे दहाके दी मशहूर अदाकारा तब्बू लगातार फिल्मां च सरगर्म है। भूल भुलैया 2 दी सफलता तो बाद अदाकारा हुण फिल्म दृश्यम 2 नाल अपने दर्शकों का मनोरंजन करने लई पूरी तरह तैयार है। एक्टिंग होवे जां फिटनेस, अज भी लोग तब्बू दी इक झलक दे दीवाने हन। तब्बू दा असली नाम तबस्सुम फातिमा हाशमी है, जिसका जन्म 4 नवंबर 1970 नूं हैदराबाद च होया सी। अज अपना 52nd जन्मदिन मना रही है। भोला अदाकारा दे जन्मदिन दे खास मौके ते अज असी तुहानूं उहनां दी नेटवर्थ अते जायदाद बारे दसण जा रहे हां। ਸਾਨੂੰ ਦੱਸ ਦਈਏ ਕਿ ਫਿਲਮਾਂ 'ਚ ਬਹੁਤ ਹੀ ਸਧਾਰਨ ਲੁੱਕ 'ਚ ਨਜ਼ਰ ਆਉਣ ਵਾਲੀ ਤੱਬੂ ਰਾਣੀ ਦੀ ਜ਼ਿੰਦਗੀ ਜਿਉਂਦੀ ਹੈ। ਤੱਬੂ 52 ਸਾਲਾਂ ਦੀ ਹੈ। ਉਸਦਾ ਅਜੇ ਤੱਕ ਵਿਆਹ ਨਹੀਂ ਹੋਇਆ। ਸਿਰਫ 15 ਸਾਲ ਦੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਤੱਬੂ ਕਰੋੜਾਂ ਦੀ ਮਾਲਕਣ ਹੈ। ਟ੍ਰੇਡ ਐਨਾਲਿਸਟ ਮੁਤਾਬਕ ਇੱਕ ਫਿਲਮ ਲਈ 2 ਤੋਂ 4 ਕਰੋੜ ਰੁਪਏ ਚਾਰਜ ਕਰਦੀ ਹੈ ਤੱਬੂ। ਇਸ ਤੋਂ ਇਲਾਵਾ ਉਹ ਬ੍ਰਾਂਡ ਐਂਬੈਸਮੈਂਟ ਤੋਂ ਵੀ ਕਾਫੀ ਪੈਸਾ ਕਮਾਉਂਦੀ ਹੈ। ਖਬਰਾਂ ਮੁਤਾਬਕ ਅਦਾਕਾਰਾਂ ਦੀ ਮਹੀਨੇ ਦੀ ਕਮਾਈ 25 ਲੱਖ ਦੇ ਕਰੀਬ ਹੈ। ਇੱਕ ਅਭਿਨੇਤਰੀ ਹੋਣ ਦੇ ਨਾਲ ਉਹ ਇੱਕ ਕਾਰੋਬਾਰੀ ਔਰਤ ਵੀ ਹੈ ਅਤੇ ਅਭਿਨੇਤਰੀ ਦੀ ਕੁੱਲ ਜਾਇਦਾਦ ਲਗਭਗ 22 ਕਰੋੜ ਰੁਪਏ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸਦੇ ਨਾ ਸਿਰਫ ਮੁੰਬਈ 'ਚ ਲਗਜ਼ਰੀ ਘਰ ਹਨ, ਸਗੋਂ ਹੈਦਰਾਬਾਦ 'ਚ ਵੀ ਉਹਨਾਂ ਦੇ ਕਈ ਆਲੀਸ਼ਾਨ ਅਤੇ ਸ਼ਾਹੀ ਘਰ ਹਨ। ਜਾਇਦਾਦ ਦੇ ਨਾਲ ਨਾਲ ਤੱਬੂ ਨੂੰ ਗੱਡੀਆਂ ਦਾ ਵੀ ਬਹੁਤ ਸ਼ੌਂਕ ਹੈ। ਜੇਕਰ ਖਬਰਾਂ ਦੀ ਮੰਨੀਏ ਤਾਂ ਆਡੀ Q7 ਤੋਂ ਇਲਾਵਾ ਅਦਾਕਾਰਾ ਕੋਲ ਮਰਸੀਡੀਜ਼ ਅਤੇ ਜੈਗਵਾਰ X7 ਸਮੇਤ ਕਈ ਲਗਜ਼ਰੀ ਗੱਡੀਆਂ ਹਨ। ਹੈਦਰਾਬਾਦ ਅਤੇ ਮੁੰਬਈ ਤੋਂ ਇਲਾਵਾ ਤੱਬੂ ਨੇ ਗੋਆ 'ਚ ਵੀ ਆਪਣਾ ਬੰਗਲਾ ਲਿਆ ਹੋਇਆ ਹੈ। ਸਾਲ 2022 ਦੀ ਸ਼ੁਰੂਆਤ ਤੱਬੂ ਲਈ ਬਹੁਤ ਚੰਗੀ ਰਹੀ। 20 ਮਈ 2022 ਨੂੰ ਰਿਲੀਜ਼ ਹੋਈ ਫਿਲਮ ਭੂਲ ਭੁਲੱਈਆ 2 'ਚ ਲੋਕਾਂ ਨੇ ਉਹਨਾਂ ਨੂੰ ਕਾਫੀ ਪਸੰਦ ਕੀਤਾ ਸੀ। ਇਸ ਫਿਲਮ ਤੋਂ ਇਲਾਵਾ ਹੁਣ ਤੱਬੂ ਜਲਦੀ ਹੀ ਅਰਜੁਨ ਕਪੂਰ ਦੀ ਫਿਲਮ ਕੁੱਤੇ ਖੂਫੀਆ, ਦ੍ਰਿਸ਼ਮ 2 ਅਤੇ ਭੋਲਾ ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ। ਸੋ ਇਹੋ ਜਿਹੀ ਦਿਲਚਸਪ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।